इन्हां जिमनी चोणां दे विच हर उम्मीदवार अपने आप नूं चंगा ते दूजे नूं माड़ा करन दे विच लग्या होया है। दूजे पासे एक तस्वीर गिद्दड़वाहा तो सामने आई है। दस दईए कि जिमनी चोणां दे विच गिद्दड़वाहा सीट सब तो हॉट सीट मन्नी जा रही है। एक पासे आम आदमी पार्टी अपना दबदबा दिखा रही है तो दूजे पासे अमरिंदर सिंह राजा वड़िंग अते कांग्रेस का पूरा जोर लग्या पिया है। तो तीजे पासे जे असीं गल करिए बीजेपी की तो वह उम्मीदवार ने जो कि पहला ही बहुत वार गिद्दड़वाहा हलका दे विच अपना धौस जमा चुके ने। जी हाँ, गल कर रहे हैं मनप्रीत बादल दी। मनप्रीत बादल दे वल्लों लोकां नूं मिल के अपने पुराने काम याद दवाए गए जदों वह खुद MLA सी ते उस दे नाल ही उन्हां दे वल्लों अमरिंदर सिंह राजा वड़िंग दे वल्लों उन्हां दे कीते कम्मां दे बारे भी सवाल चुके गए ने। तुसीं भी सुनो मनप्रीत सिंह बादल दा ये बयान। सूझवान वोटरों, मैं मनप्रीत बादल थोनू एक गल याद करवाउणा कि जदों मैं पिछली वारी MLA बनिया सी ਤਾਂ ਮਦੀਰ ਪਿੰਡ ਦੇ ਵਿੱਚ ਅਤੇ ਕਾਲਚਰਾਣੀ ਪਿੰਡ ਦੇ ਵਿੱਚ ਸੀ ਪਾਈਟ ਸੈਂਟਰ ਖੋਲ੍ਹੇ ਸੀ। ਇਹ ਸੀ ਪਾਈਟ ਵੈਸੇ ਤਾਂ ਹੋ ਸਕਦਾ ਰਾਜਾ ਵੜਿੰਗ ਨੂੰ ਸੀ ਪਾਈਟ ਦਾ ਮਤਲਬ ਵੀ ਨਾ ਪਤਾ ਹੋਵੇ, ਪਰ ਸੀ ਪਾਈਟ ਦਾ ਮਤਲਬ ਇਹ ਸੀ ਕਿ ਜਿਹੜੇ ਬੱਚੇ ਫੌਜ 'ਚ ਭਰਤੀ ਹੋਣੇ ਚਾਹੁੰਦੇ ਆ, BSF, ITBP, CISF, ਜਿਹੜੀਆਂ ਵੀ ਸੈਂਟਰ ਦੀਆਂ ਜਾਂ ਫੌਜ ਹੈ ਜਾਂ ਸੈਂਟਰ ਦੀਆਂ ਪੁਲਿਸ ਹੈ, ਉਹਦੀ ਟ੍ਰੇਨਿੰਗ, ਉਹਦੀ ਜਿਹੜੀ ਐਜੂਕੇਸ਼ਨ ਹੈ, ਇਹ ਸੀ ਪਾਈਟ ਸੈਂਟਰਾਂ 'ਚ ਦਿੱਤੀ ਜਾਊਗੀ। ਬਦਕਿਸਮਤੀ ਨਾਲ ਮਦੀਰ ਵਾਲਾ ਸੀ ਪਾਈਟ ਸੈਂਟਰ ਤਾਂ ਬੰਦ ਹੋ ਗਿਆ, ਅਤੇ ਪਰ ਕਾਲਚਰਾਣੀ ਵਾਲਾ ਚੱਲ ਰਿਹਾ। ਜਿਵੇਂ ਮਨਪ੍ਰੀਤ ਦੇ ਜਾਣ ਤੋਂ ਬਾਅਦ ਸਾਰੇ ਖਾਲ ਟੁੱਟ ਗਏ, ਸਾਰੇ RO ਸਿਸਟਮ ਬੰਦ ਹੋ ਗਏ, ਲਿਫਟ ਪੰਪ 'ਤੇ ਪਾਬੰਦੀਆਂ ਲੱਗ ਗਈਆਂ, ਸੀ ਪਾਈਟ ਮਦੀਰ ਵਾਲਾ ਵੀ ਬੰਦ ਹੋ ਗਿਆ। ਮੈਂ ਪਿਛਲੇ 3 ਮਹੀਨਿਆਂ ਤੋਂ ਗਿੱਦੜਵੇ ਹਲਕੇ ਦੇ ਜਿਹੜੇ ਨੌਜਵਾਨ ਬੱਚੇ ਹੈ, ਕਿਉਂਕਿ ਨੌਕਰੀਆਂ 2 ਕਿਸਮ ਦੀਆਂ ਹੁੰਦੀਆਂ, ਇੱਕ ਨੌਕਰੀ ਹੁੰਦੀ ਹੈ ਜਿਹੜੀ BA ਪਾਸ ਬੱਚਿਆਂ ਨੂੰ ਦਿੱਤੀ ਜਾਂਦੀ ਹੈ, ਪਰ ਜਿਹੜੇ 12ਵੀਂ ਪਾਸ ਹੁੰਦੇ ਹੈ, 18 ਤੋਂ 23 ਸਾਲ ਦੀ ਉਮਰ ਦੇ ਬੱਚੇ ਹੁੰਦੇ ਹੈ, ਔਰ ਜਿਨ੍ਹਾਂ ਦਾ ਕੱਦ 5 ਫੁੱਟ 7 ਇੰਚ ਹੁੰਦਾ ਹੈ, ਉਹ ਫੌਜ ਦੇ ਵਿੱਚ, BSF ਦੇ ਵਿੱਚ, ITBP ਅਤੇ BP ਦੇ ਵਿੱਚ ਅਤੇ CISF ਦੇ ਵਿੱਚ ਭਰਤੀ ਹੁੰਦੇ। ਮੈਂ ਜਿਹੜੇ ਪਿੰਡ ਵੀ ਜਾਂਦਾ, ਮੈਂ ਬੱਚਿਆਂ ਨੂੰ ਮਸ਼ਵਰਾ ਦਿੰਦਾ ਜਿਹੜੇ BA ਪਾਸ ਨਹੀਂ, ਕਿ ਤੁਸੀਂ ਇਹਨਾਂ ਫੋਰਸਿਸ ਦੇ ਵਿੱਚ ਭਰਤੀ ਹੋ, ਔਰ ਜਿਹੜਾ ਕਾਲਚਰਾਣੀ ਦਾ ਸੈਂਟਰ ਹੈ, ਤੁਸੀਂ ਝੋਲੇ 'ਚ ਕੱਪੜੇ ਪਾ ਕੇ ਲਿਆਓ, ਉੱਥੇ ਹੋਸਟਲ 'ਚ ਮੈਂ ਤੁਹਾਨੂੰ ਜਮ੍ਹਾਂ ਕਰਾਉਣਾ, ਉਹ ਅਗਲੇ ਮਹੀਨੇ, 1.5 ਮਹੀਨਾ, 2 ਮਹੀਨੇ ਤੁਹਾਨੂੰ ਛਾਲ ਮਾਰਨ ਦੀ, ਭੱਜਣ ਦੀ, ਔਰ ਤੁਹਾਡੀ ਐਜੂਕੇਸ਼ਨ ਦੀ ਟ੍ਰੇਨਿੰਗ ਦੇਣਗੇ, ਔਰ ਉਹ ਬੰਦੇ ਜਿਹੜੇ ਹੈ ਫਿਰ ਬੱਚਿਆਂ ਨੂੰ ਸੈਂਟਰਾਂ 'ਚ ਲਿਜਾ ਕੇ ਉਹਨਾਂ 'ਚ ਇਮਤਿਹਾਨ ਦਵਾ ਕੇ ਅਤੇ ਉਹਨਾਂ ਨੂੰ ਫੋਰਸਿਸ ਦੇ ਵਿੱਚ ਭਰਤੀ ਕਰਦੇ ਆ। ਪਿਛਲੇ 3 ਮਹੀਨਿਆਂ ਤੋਂ ਗਿੱਦੜਵੇ ਹਲਕੇ ਦੇ ਦਰਜਨਾਂ ਬੱਚੇ ਜਿਹੜੇ ਆ ਸੀ ਪਾਈਟ ਸੈਂਟਰ ਕਾਲਚਰਾਣੀ 'ਚ ਪੜ੍ਹ ਰਹੇ, ਔਰ ਫੌਜ ਦੀ ਜਿਹੜੀ ਭਰਤੀ ਹੈ ਇਹ ਸਾਲ 'ਚ ਇੱਕ ਵਾਰੀ ਆਉਂਦੀ ਹੈ, ਪਰ ਜਿਹੜੀ BSF, ITBP ਜਾਂ CRP ਦੀ ਹੈ, ਹਰ 2-3 ਮਹੀਨਿਆਂ ਬਾਅਦ ਇਹਨਾਂ ਦੀ ਭਰਤੀ ਹੁੰਦੀ ਰਹਿੰਦੀ ਹੈ। ਬਤੌਰ ਇੱਕ ਵੱਡਾ ਭਰਾ, ਔਰ ਵੱਡੇ ਭਰਾ ਵੀ ਇੱਕ ਮਾਂ ਬਾਪ ਦੀ ਹੈਸੀਅਤ ਰੱਖਦੇ ਆ, ਮੈਂ ਜਿੱਥੇ ਵੀ ਜਾਂਦਾ ਬੱਚਿਆਂ ਨੂੰ, ਚਾਹੇ ਉਹ ਬੱਚਿਆਂ ਨੂੰ ਮੈਂ ਇਹ ਐਡਵਾਈਸ ਕਰਦਾ ਕਿ ਯਾਰ ਜਿਹੜੇ ਬੱਚੇ ਫੌਜ ਦੇ ਵਿੱਚ ਕਾਬਲ ਹੈ ਤੁਸੀਂ ਫੌਜ ਦੇ ਵਿੱਚ ਜਾਓ। ਸੁਣਨ ਵਾਲਿਆਂ ਨੂੰ ਇਹ ਨਹੀਂ ਪਤਾ ਹੋਣਾ ਕਿ ਮੋਹਾਲੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਅਕੈਡਮੀ ਜਿਹੜੀ ਹੈ ਉਹ ਮਨਪ੍ਰੀਤ ਨੇ ਖਿਲਾਈ ਸੀ। ਅੱਜ ਜਿਹੜਾ NDA ਦਾ ਜਿਹੜਾ ਫਸਟ ਨੰਬਰ 'ਤੇ ਲੜਕਾ ਆਇਆ ਇਹ ਇਸੇ ਮੋਹਾਲੀ ਅਕੈਡਮੀ ਤੋਂ ਹੈ, ਔਰ ਸੈਂਕੜੇ ਬੱਚੇ ਪੰਜਾਬ ਦੇ ਬਤੌਰ ਅਫਸਰ ਫੌਜ ਦੇ ਵਿੱਚ ਭਰਤੀ ਹੋ ਚੁੱਕੇ ਹੈ। ਔਰ ਮੈਂ ਇਹ ਵੀ ਬੱਚਿਆਂ ਨੂੰ ਕਹਿੰਦਾ ਕਿ ਤੁਸੀਂ ਰੇਲਵੇ ਦੀਆਂ ਨੌਕਰੀਆਂ ਭਰੋ, ਪੰਜਾਬ ਬਹੁਤ ਛੋਟਾ ਸੂਬਾ ਹੈ, ਪੰਜਾਬ ਦੇ ਵਿੱਚ ਨੌਕਰੀਆਂ ਜਿਹੜੀਆਂ ਬੜੀਆਂ ਮਹਦੂਦ ਹੈ, ਪਰ ਜਿਹੜੀਆਂ ਸੈਂਟਰ ਦੀਆਂ ਨੌਕਰੀਆਂ ਇਹ ਨੌਕਰੀਆਂ ਰੇਲਵੇ 'ਚ ਲੱਖਾਂ ਮੁਲਾਜ਼ਮ ਕੰਮ ਕਰਦੇ ਆ। ਸੋ ਬੱਚਿਆਂ ਨੂੰ ਰੁਜ਼ਗਾਰ ਦੇ ਮੌਕੇ ਕਿਸ ਕਿਸਮ ਦੇ ਹੋਣ ਉਹਨਾਂ ਨੂੰ ਕੋਈ ਨਾ ਕੋਈ ਗਾਈਡੈਂਸ ਦੇਣੀ, ਇਹ ਮੇਰਾ ਧਰਮ ਹੈ। ਔਰ ਮਨਪ੍ਰੀਤ ਨੇ ਗਿੱਦੜਵੇ ਹਲਕੇ ਤੋਂ ਸੈਂਕੜੇ ਬੱਚੇ ਜਿਹੜੇ ਹੈ ਪਿਛਲੇ 20 ਸਾਲਾਂ 'ਚ ਪੰਜਾਬ ਸਰਕਾਰ ਦੇ ਵਿੱਚ ਅਤੇ ਸੈਂਟਰ ਸਰਕਾਰ ਦੇ ਵਿੱਚ ਭਰਤੀ ਕਰਾਏ ਹੈ। ਦੋਸਤੋ, ਇਹ ਜਿਹੜੇ ਲੋਕ ਹੈ ਜਿਨ੍ਹਾਂ ਨੂੰ ਸੀ ਪਾਈਟ ਦਾ ਸ਼ਾਇਦ ਮਤਲਬ ਨਾ ਪਤਾ ਹੋਵੇ, ਸ਼ਾਇਦ ਉਹਨੂੰ ਤਾਂ ITBP ਦਾ ਵੀ 3 ਵਾਰੀ ਉਹਨੇ ਕਿਹਾ ਕਿ ਇਹ ਪਤਾ ਨਹੀਂ ਕੀ ਹੁੰਦਾ, ਵੀਰੋ ਉਹਨਾਂ ਤੋਂ ਤੁਸੀਂ ਕੀ ਆਸ ਰੱਖ ਸਕਦੇ ਹੋ। ਮੈਂ ਅੱਜ ਆਪਣਾ ਜੋ ਮੈਂ ਗੁਰੂ ਸਰ ਪਿੰਡ ਬੋਲਿਆ ਸੀ, ਮੈਂ ਵਚਨਬੰਦ ਹੈ ਕਿ ਗਿੱਦੜਵੇ ਹਲਕੇ ਦਾ ਜਿਹੜਾ ਵੀ ਕੋਈ ਪੜ੍ਹਿਆ ਲਿਖਿਆ ਨੌਜਵਾਨ ਬੱਚਾ ਹੈ ਉਹਦੀ, ਉਹਨੂੰ ਫਿਊਚਰ ਦੇ ਵਿੱਚ ਉਹਦੀ ਭਰਤੀ ਕਿਸ ਤਰ੍ਹਾਂ ਹੋਏਗੀ। ਦੇਖੋ, ਮੈਂ ਕਿਸੇ ਤੋਂ ਨਾ ਤਾਂ ਮੈਂ ਕਿਸੇ ਨੂੰ ਕੱਦ ਦੀ ਛੋਟ ਦਵਾ ਸਕਦਾ, ਨਾ ਉਮਰ ਵਧਾ ਘਟਾ ਸਕਦਾ, ਨਾ ਟੈਸਟ ਦੇ ਵਿੱਚ ਮਦਦ ਕਰ ਸਕਦਾ, ਪਰ ਮੈਂ ਗਾਈਡ ਜ਼ਰੂਰ ਕਰ ਸਕਦਾ। ਕਿਸੇ ਬੱਚੇ ਕੋਲ ਕੰਡਕਟਰੀ ਦਾ ਲਾਇਸੈਂਸ ਜੇ ਬਣਾ ਲਏ ਬਹੁਤ ਸੌਖਾ ਬਣ ਜਾਂਦਾ,
पर वो लाइसेंस तो बगैर थोनू सरकारी नौकरी नहीं मिलती। सो मनप्रीत का वचन बनता है कि जिनी बकाया उम्र मनप्रीत की बची है, गिजड़वे हल्के दे जिहड़े नौजवान बच्चे है इन्हां दे इन्हां लई रुजगार दे मौके भी पैदा करांगे और इन्हां नू गाइड भी करांगे। बहुत धन्यवाद।